ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਹੁੰਦਾ ਸੀ ਭਾਈਚਾਰਾ, ਇੱਕੋ ਵਿਹੜੇ ਦੇ ਵਿੱਚ ਸੌਂਦਾ ਸੀ ਟੱਬਰ ਸਾਰਾ। ਕੁੜੀਆਂ ਚਿੜੀਆਂ ਰਲ ਮਿਲ ਸਾਉਣ ਮਹੀਨੇ ਸੀ ਲਾਉਂਦੀਆਂ ਤੀਆਂ, ਸਭ ਦੇ ਲਈ ਸਾਂਝੀਆਂ ਹੁੰਦੀਆਂ ਸੀ ਪਿੰਡ ਦੀਆਂ ਧੀਆਂ। ਅੰਮ੍ਰਿਤ ਵੇਲੇ ਪਾਠੀ ਸਿੰਘ ਜਦ ਸੀ ਬਾਣੀ ਪੜ੍ਹਦਾ, ਜਦ ਬਾਣੀ ਕੰਨੀ ਪੈਂਦੀ ਬਾਪੂ ਸੀ ਉੱਠ ਖੜਦਾ। ਬੇਬੇ ਨੇ ਵੀ ਚੱਕ ਮਧਾਣੀ ਪਾ ਲੈਣੀ ਵਿੱਚ ਚਾਟੀ, ਹੱਥੀਂ ਰਿੜਕ ਦੁੱਧ ਨੂੰ ਬੇਬੇ ਭਰਦੀ ਸੀ ਮੱਖਣ ਦੀ ਬਾਟੀ। ਹੱਥੀਂ ਮਿਹਨਤ ਕਰਦੇ ਸੀ ਲੋਕ ਮਿਹਨਤੀ ਸਾਰੇ, ਪਤਾ ਨਹੀਂ ਹੁੰਦਾ ਸੀ ਕਿਸੇ ਨੂੰ ਹਾਰਟ ਅਟੈਕ ਬਾਰੇ। ਸੱਥਾਂ ਦੇ ਵਿੱਚ ਨਾਲ ਬਜ਼ੁਰਗਾਂ ਹੁੰਦੀ ਸੀ ਰੌਣਕ ਭਾਰੀ, ਕਿਹਦਾ ਕੀ ਸੀ ਮਸਲਾ ਉੱਥੇ ਜਾਂਦੀ ਸੀ ਗੱਲ ਵਿਚਾਰੀ। ਮੱਝਾਂ ਦੀਆਂ ਪੂਛਾਂ ਫੜ ਫੜ ਸੀ ਛੱਪੜਾਂ ਵਿੱਚ ਨਹਾਉਣਾ, ਸਾਰੇ ਪਿੰਡ ਦਾ ਸਾਂਝਾ ਹੁੰਦਾ ਸੀ ਪਿੰਡ ਦਾ ਪ੍ਰਾਹੁਣਾ। ਸਾਰੇ ਪਿੰਡ ਵਿੱਚ ਹੁੰਦਾ ਸੀ ਇੱਕੋ ਗੁਰਦੁਆਰਾ, ਮਹਿਲਾਂ ਦੀ ਰੀਸ ਸੀ ਕਰਦਾ ਬਾਬੇ ਦਾ ਕੱਚਾ ਢਾਰਾ। ਵਿੱਚ ਗਰਾਉਂਡਾਂ ਦੇ ਪਾਉਂਦੀ ਸੀ ਚੜ੍ਹੀ ਜਵਾਨੀ ਰੇਡਾਂ, ਕਿੱਥੇ ਰਹਿ ਗਈਆਂ ਬਾਬਾ ਅੱਜ ਕੱਲ੍ਹ ਪਹਿਲਾਂ ਵਾਲੀਆਂ ਖੇਡਾਂ। ਤੱਪੇ ਖੇੜੇ ਵਾਲਾ ਰਹਿੰਦਾ ਵਿੱਚ ਖਿਆਲਾਂ ਖੁੱਭਿਆ, ਹੁਣ ਵਾਲਾ ਪੰਜਾਬ ਤਾਂ ਕਹਿੰਦਾ ਨਸ਼ਿਆਂ ਦੇ ਵਿੱਚ ਡੁੱਬਿਆ। ਗੁਰਪ੍ਰੀਤ ਸਿਆਂ ਹੁਣ ਜੋੜ ਕੇ ਮੰਜੇ ਨਹੀਂ ਸਪੀਕਰ ਵੱਜਣੇ, ਪਹਿਲਾਂ ਵਾਲੇ ਸਮੇਂ ਗਵਾਚੇ ਹੁਣ ਨਾ ਮੁੜ ਕੇ ਲੱਭਣੇ।